ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਜ਼ਰੂਰੀ ਬੇਨਤੀ ਧਿਆਨ ਨਾਲ ਸੁਣਿਓ ਔਰ ਅੱਗੇ ਤੋਂ ਕੇ ਸ਼ੇਅਰ ਕਰਿਓ। 26 ਔਰ 27 ਤਰੀਕ ਨੂੰ 2 ਦਿਨ ਬਾਬਾ ਦੀਪ ਸਿੰਘ ਜੀ ਨੇ ਤਰਸ ਕੀਤਾ, ਸਾਡੀ ਝੋਲੀ ਦੇ ਵਿੱਚ 2 ਚੁਪਹਿਰਾ ਜਪ ਤਪ ਸਮਾਗਮ ਇਹ ਪਾਏ ਨੇ। 26 ਤਰੀਕ ਐਤਵਾਰ ਦਾ ਚੁਪਹਿਰਾ ਜਪ ਤਪ ਸਮਾਗਮ ਸਵੇਰੇ 11 ਵਜੇ ਤੋਂ 3:30 ਵਜੇ ਤੱਕ, ਔਰ 27 ਦਾ ਹਰ ਮਹੀਨੇ ਦੀ ਤਰ੍ਹਾਂ ਜੋ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਰਕੇ ਅਸੀਂ ਚੁਪਹਿਰਾ ਕਰਦੇ ਹਾਂ, ਸਵੇਰੇ 10 ਤੋਂ ਸ਼ਾਮੀ 4 ਵਜੇ ਤੱਕ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦਾਤਾਬੰਦੀ ਸ਼ੋਰ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਇਹ 2 ਦਿਨ ਚੁਪਹਿਰਾ ਜਪ ਤਪ ਸਮਾਗਮ ਹੋਣਗੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਸਨੇਮਰ ਬੇਨਤੀ ਹੈ, ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ ਆਪ ਜੀ ਆਓ, ਬਾਪੂ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲਓ, ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਹਾਜ਼ਰੀਆਂ ਭਰੋ ਔਰ ਆਪਣੇ ਆਪਣੇ ਪੁੱਠੇ ਕਰਮਾਂ ਨੂੰ ਸਿੱਧੀਆਂ ਕਰਵਾਓ। ਸਾਰੀ ਸੰਗਤ ਨੂੰ ਪਤਾ ਚੁਪਹਿਰਿਆਂ ਵਿੱਚ ਕਿਵੇਂ ਬਾਬਾ ਦੀਪ ਸਿੰਘ ਜੀ ਪ੍ਰਤੱਖ ਹੋ ਕੇ ਵਰਤਦੇ ਨੇ। ਜਿਹੜੇ ਹਾਜ਼ਰੀਆਂ ਭਰਦੇ ਹੋ ਤੁਹਾਡੀ ਇਕੱਲਿਆਂ ਦੀ ਝੋਲੀ ਨਹੀਂ ਭਰਦੇ, ਤੁਹਾਨੂੰ ਝੋਲੀਆਂ ਭਰਨ ਵਾਲਾ ਬਣਾ ਦਿੰਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੇ ਘਰਾਂ ਵਿੱਚ ਪਹੁੰਚ ਕੇ ਇੱਕ ਇੱਕ ਦੇ ਦੁੱਖਾਂ ਨੂੰ ਕੱਟਦੇ ਨੇ। ਆਓ ਭਾਗਾਂ ਵਾਲਿਓ, 26 ਔਰ 27 ਤਰੀਕ ਨੂੰ 2 ਦਿਨ ਰਾਮ ਤੀਰਥ ਰੋਡ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦਾਤਾਬੰਦੀ ਸ਼ੋਰ ਪਬਲਿਕ ਸਕੂਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਰਿਵਾਰਾਂ ਸਮੇਤ ਪਹੁੰਚੋ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਹ 2 ਦਿਨ ਦੇ ਸਮਾਗਮ ਸਾਡੇ ਯੂਟਿਊਬ ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ, ਭਾਈ ਅਮਨਦੀਪ ਸਿੰਘ ਜੀ ਮੋਟੀਵੇਸ਼ਨਲ ਚੈਨਲ ਔਰ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਰਾਮ ਤੀਰਥ ਰੋਡ ਦੇ ਇਹ 3 ਚੈਨਲਾਂ ਦੇ ਉੱਤੇ ਇਹ 2 ਦਿਨ ਦੇ ਸਮਾਗਮ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਸੰਗ ਜੀ। 28 ਮਈ ਰਾਤ 8:30 ਤੋਂ 10 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਰਾਦਾਬਾਦ UP ਵਿਖੇ ਕੀਰਤਨ ਦੁਆਰਾ ਆਪ ਜੀਆਂ ਦੇ ਦਰਸ਼ਨ ਕਰਨ ਵਾਸਤੇ ਦਾਸ ਪਹੁੰਚ ਰਿਹਾ, ਔਰ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਮੈਂ ਬੇਨਤੀ ਕਰਦਾ, ਜਿਹੜੇ ਰੋਜ਼ ਜੁੜਦੇ ਹੋ ਸਾਰਿਆਂ ਨੇ ਇਸ ਸਮਾਗਮ ਦੇ ਵਿੱਚ ਦਰਸ਼ਨ ਦੇਣੇ। ਔਰ ਇੱਕ ਵਿਸ਼ੇਸ਼ ਬੇਨਤੀ, 28 ਤਰੀਕ ਨੂੰ ਰਾਤੀ ਅਸੀਂ ਮੁਰਾਦਾਬਾਦ ਕਰਨਾ, ਔਰ 29 ਤਰੀਕ ਸਵੇਰੇ 11 ਤੋਂ 1 ਵਜੇ ਤੱਕ ਪਿੰਡ ਅਹਿਮਦਾਬਾਦ ਨੇੜੇ ਦਮਨ ਪਲਾਈਵੁੱਡ ਮੇਨ ਰੋਡ ਦਮੋਰਾ ਰਾਮਪੁਰ, ਇਹ ਰਾਮਪੁਰ UP ਵਿਖੇ ਸਵੇਰ ਦਾ ਦੀਵਾਨ ਹੈ 29 ਤਰੀਕ। ਔਰ ਤੁਹਾਨੂੰ ਇਹ ਦੱਸਦਿਆਂ ਹੋਏ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ, ਇਸ ਜਗ੍ਹਾ ਦੇ ਉੱਤੇ ਪਹਿਲੀ ਵਾਰੀ ਦੀਵਾਨ ਰੱਖਿਆ, ਅਤੇ ਇਹ ਉਹੋ ਹੀ ਜਗ੍ਹਾ ਜਿੱਥੇ ਤੁਹਾਡਾ ਅਗਲਾ ਯੂਨਿਟ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦਾ ਬਣ ਰਿਹਾ, ਅਤੇ ਇਹ ਤੁਹਾਡਾ ਸਾਰਿਆਂ ਦਾ ਪਰਿਵਾਰਕ ਮੈਂਬਰਾਂ ਦਾ ਫਰਜ਼ ਹੈ ਕਿ ਇਹ ਸਮਾਗਮ ਦੇ ਵਿੱਚ ਆ ਕੇ ਆਪ ਜੀ ਆਪਣੀ ਨਵੀਂ ਜਗ੍ਹਾ ਵੇਖੋ, ਵੀ ਕਿਵੇਂ ਕਿਵੇਂ ਸੇਵਾਵਾਂ ਦੇ ਕਾਰਜ ਉੱਥੇ ਪ੍ਰਾਰੰਭ ਹੋਣੇ ਨੇ, ਉਹ ਵੀ ਸ਼ੁਰੂਆਤ ਇਸ ਜਗ੍ਹਾ ਦੇ ਉੱਤੇ ਕੀਤੀ ਜਾਏਗੀ। ਭਾਵੇਂ ਜਿੰਨੇ ਮਰਜ਼ੀ ਤੁਸੀਂ ਬਿਜ਼ੀ ਹੋਵੋ, ਮੇਰੀ ਬੇਨਤੀ ਹੈ ਕਿ 2 ਦਿਨ ਦਾ ਸਮਾਂ ਰਾਮਪੁਰ ਦੀਆਂ ਸੰਗਤਾਂ, ਮੁਰਾਦਾਬਾਦ ਦੀਆਂ ਸੰਗਤਾਂ, ਬਿਜਨੌਰ ਦੀਆਂ, ਹੋਰ ਜਿਹੜੇ ਤੁਸੀਂ ਨੇੜੇ ਤੇੜੇ ਦੇ ਉੱਥੇ ਰਹਿਣ ਵਾਲੇ ਹੋ, ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ 28 ਤਰੀਕ ਰਾਤੀ ਮੁਰਾਦਾਬਾਦ ਔਰ 29 ਤਰੀਕ ਨੂੰ ਸਵੇਰੇ ਦਮੋਰਾ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਿਓ। ਇਹ 2 ਦਿਨ ਆਪਾਂ ਸਾਰੇ ਰਲ ਮਿਲ ਕੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੇ ਜਸ ਗਾਵਾਂਗੇ, ਉਹਨਾਂ ਦੀਆਂ ਖੁਸ਼ੀਆਂ ਲਵਾਂਗੇ, ਔਰ ਇਹ ਸਾਰੇ ਪ੍ਰੋਗਰਾਮ ਸਾਡੇ YouTube ਚੈਨਲਾਂ ਦੇ ਉੱਤੇ, ਜੋ ਡਿਟੇਲ ਤੁਹਾਡੇ TV ਸਕਰੀਨ ਦੇ ਉੱਤੇ ਚੱਲ ਰਹੀ ਹੈ, ਇਹਨਾਂ ਦੇ ਉੱਤੇ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅੰਮ੍ਰਿਤ ਵੇਲੇ ਦੇ ਸਮਾਗਮਾਂ ਦਾ ਇਸ ਅਸਥਾਨ 'ਤੇ ਆਖਰੀ ਦਿਨ ਹੈ। ਦੂਰੋਂ ਨੇੜਿਓਂ ਚੱਲ ਕੇ
ਗੁਰੂ ਰਾਮਦਾਸ ਸਾਹਿਬ ਜੀ ਦੇ ਪਰਿਵਾਰਕ ਮੈਂਬਰ, ਬਾਬਾ ਦੀਪ ਸਿੰਘ ਜੀ ਦੇ ਸੰਗਤ ਰੂਪੀ ਪਰਿਵਾਰਕ ਮੈਂਬਰ ਪਹੁੰਚੇ ਨੇ। ਕੋਈ ਦਿੱਲੀਓਂ ਆਇਆ ਹੈ, ਕੋਈ ਨੋਇਡਾ ਤੋਂ ਬੈਠਾ, ਗੁੜਗਾਓਂ ਤੋਂ ਮੈਂ ਵੇਖ ਰਿਹਾ ਪ੍ਰੇਮੀ ਆਏ ਨੇ। ਕਿੱਥੋਂ ਕਿੱਥੋਂ ਚੱਲ ਕੇ ਤੁਸੀਂ ਫਰੀਦਾਬਾਦ ਇਸ ਪਾਵਨ ਪਵਿੱਤਰ ਅਸਥਾਨ ਤੇ ਜੁੜੇ ਹੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆਓ, ਬੈਕੁੰਠ ਦਾ ਨਜ਼ਾਰਾ ਬਣਿਆ, ਬੈਕੁੰਠ ਦਾ ਮਾਹੌਲ ਬਣਿਆ। ਜਿਹੜੀਆਂ ਤਿੰਨ ਚਾਰ ਅਸੀਂ ਜ਼ਰੂਰੀ ਬੇਨਤੀਆਂ ਕਰਦੇ ਹਾਂ ਉਹ ਕਰਕੇ ਫਿਰ ਆਪਾਂ ਸ਼ਬਦ ਪੜ੍ਹਾਂਗੇ। ਪਹਿਲੀ ਬੇਨਤੀ ਧਿਆਨ ਨਾਲ ਸੁਣਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅੱਜ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੇ ਸਕੂਲ ਦੇ ਵਿੱਚੋਂ ਨਵੀਂ ਗੱਲ ਸਿੱਖ ਕੇ ਜਾਣੀ। ਨਵੀਂ ਗੱਲ, ਨਵੀਂ ਗੱਲ ਕਿਹੜੀ? ਕਿ ਜੋ ਵੀ ਮੇਰਾ ਪਰਮੇਸ਼ਰ ਕਰ ਰਿਹਾ ਉਹ ਚੰਗਾ ਕਰ ਰਿਹਾ ਤੇ ਹਰ ਹਾਲ ਦੇ ਵਿੱਚ ਮੈਂ ਉਹਦਾ ਸ਼ੁਕਰਾਨਾ ਕਰਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧਿਆਨ ਨਾਲ ਸੁਣਿਓ। ਸਾਡੇ ਅੰਦਰ ਇਹ ਪੱਕਾ ਵਿਸ਼ਵਾਸ ਹੋਣਾ ਚਾਹੀਦਾ ਕਿ ਗੁਰੂ ਜੀ ਜੋ ਕੁਛ ਕਰ ਰਹੇ ਨੇ ਸਾਡੇ ਭਲੇ ਲਈ ਕਰ ਰਹੇ, ਭਲੇ ਲਈ। ਤੇ ਸਾਡੇ ਲਈ ਸਭ ਤੋਂ ਚੰਗਾ ਵੀ ਇਹੋ ਹੀ ਹੈ ਜੋ ਪਰਮੇਸ਼ਰ ਸਾਈਂ ਸਾਡੇ ਲਈ ਕਰ ਰਹੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜੋ ਕੁਛ ਉਹ ਸਾਡੇ ਲਈ ਕਰ ਰਹੇ ਨੇ ਸਾਡੇ ਲਈ ਚੰਗਾ ਕਰ ਰਹੇ ਨੇ ਜੀ। ਜੋ ਕੁਛ ਉਹ ਸਾਡੇ ਲਈ ਕਰ ਰਹੇ ਨੇ, ਜੋ ਕੁਝ ਵੀ ਸਾਡੀ ਲਾਈਫ ਦੇ ਵਿੱਚ ਹੋ ਰਿਹਾ ਉਹ ਸਾਡੇ ਚੰਗੇ ਲਈ ਹੋ ਰਿਹਾ, ਚੰਗੇ ਲਈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਡੇ ਲਈ ਸਭ ਤੋਂ ਚੰਗਾ ਵੀ ਇਹੋ ਹੀ ਹੈ, ਇਹੋ ਜੀ। ਪਰ ਉਹ ਕੀ ਦੇਵੇਗਾ, ਕਦੋਂ ਦੇਵੇਗਾ, ਕਿੱਥੇ ਦੇਵੇਗਾ ਜੀ, ਜਾਂ ਫਿਰ ਉਹ ਦੇਵੇਗਾ ਵੀ ਕਿ ਨਹੀਂ ਦੇਵੇਗਾ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਉਹਦੀ ਮਰਜ਼ੀ, ਉਹਦੀ ਮਰਜ਼ੀ। ਪਰ ਜਿਹੜਾ ਸੇਵਾਦਾਰ ਹੈ ਉਹਦਾ ਪਹਿਲਾ ਫਰਜ਼ ਹੈ ਉਹ ਕੀ, ਉਹਦੀ ਰਜਾ ਦੇ ਵਿੱਚ ਰਹਿਣਾ, ਉਹਦੀ ਖੁਸ਼ੀ ਦੇ ਵਿੱਚ ਖੁਸ਼ ਰਹਿਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹਦੀ ਖੁਸ਼ੀ ਦੇ ਵਿੱਚ ਪਿਤਾ ਜੀ ਜਿਵੇਂ ਤੁਸੀਂ ਖੁਸ਼ ਉਦਾਂ ਮੈਂ ਖੁਸ਼ ਜੀ, ਜਿਵੇਂ ਤੁਹਾਡੀ ਖੁਸ਼ੀ ਉਦਾਂ ਮੇਰੀ ਖੁਸ਼ੀ। ਸ਼ਾਇਦ ਕਈ ਨਾ ਸਮਝੇ ਹੋਣ, ਬਾਬਾ ਨੰਦ ਸਿੰਘ ਸਾਹਿਬ ਦਾ ਨਾਮ ਤੁਸੀਂ ਸਭ ਨੇ ਸੁਣਿਆ। ਬਾਬਾ ਨੰਦ ਸਿੰਘ ਜੀ ਕਿਸੇ ਵੀ ਜਗ੍ਹਾ ਦੇ ਉੱਤੇ ਪੱਕੀ ਇੱਟ ਨਹੀਂ ਲਾਈ ਮਹਾਂਪੁਰਖਾਂ ਨੇ। ਆਪਣੀ ਜ਼ਿੰਦਗੀ ਦੇ ਵਿੱਚ ਬੜੀਆਂ ਪਾਬੰਦੀਆਂ ਲਾਈਆਂ ਸੀ, ਪਾਬੰਦੀਆਂ। ਇਕੱਲੀ ਔਰਤ ਨਾਲ ਬਚਨ ਨਹੀਂ, ਉਹਦਾ ਪਿਤਾ ਪਤੀ ਜਾਂ ਪੁੱਤਰ ਨਾਲ ਹੋਵੇ ਫਿਰ ਬਚਨ ਕਰਦੇ ਸੀ। ਕਿਤੇ ਪੱਕੀ ਇੱਟ ਨਹੀਂ ਲੱਗਣ ਦਿੱਤੀ, ਕੱਚੀ ਕੁੱਲੀ ਦੇ ਵਿੱਚ ਬੰਦਗੀ ਕਰਨੀ, ਬਾਅਦ ਵਿੱਚ ਉਹਨੂੰ ਢਾਹ ਜਾਣਾ, ਸਾੜ ਦੇਣਾ ਕਿ ਸਾਡੀ ਕੋਈ ਯਾਦਗਾਰ ਨਾ ਰਹਿ ਜਾਏ। ਗੱਲਾਂ ਕਰਨੀਆਂ ਬੜੀਆਂ ਸੌਖੀਆਂ, ਪਰ ਇਹੋ ਜਿਹੀਆਂ ਪਾਬੰਦੀਆਂ ਲਾਉਣੀਆਂ ਬੜੀਆਂ ਔਖੀਆਂ ਨੇ। ਸਾਰੀ ਜ਼ਿੰਦਗੀ ਮਾਇਆ ਨੂੰ ਹੱਥ ਨਹੀਂ ਲਾਇਆ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਸੀਂ ਤੁਸੀਂ ਨਹੀਂ ਕਰ ਸਕਦੇ, ਇੱਕ ਮੈਂ ਐਗਜ਼ਾਮਪਲ ਦੇ ਰਿਹਾ। ਏਡਾ ਉੱਚਾ ਸੁੱਚਾ ਜੀਵਨ ਸੀ ਬਾਬਾ ਨੰਦ ਸਿੰਘ ਜੀ ਦਾ। ਸਾਰੀ ਸਾਰੀ ਰਾਤ ਕੇਸ ਕਿੱਲੀ ਨਾਲ ਬੰਨ ਕੇ ਤਪ ਕਰਨਾ। ਉਹ ਮਹਾਂਪੁਰਖ
ਕਿਸੇ ਨੇ ਬੇਨਤੀ ਕੀਤੀ ਜੀ ਗੁਰਦੁਆਰੇ ਦੀ ਨੀਂਹ ਤੁਹਾਡੇ ਕੋਲੋਂ ਰਖਵਾਉਣੀ, ਇੱਟ ਤੁਹਾਡੇ ਕੋਲੋਂ ਰਖਵਾਉਣੀ ਹੈ। ਬਾਬਾ ਜੀ ਨੇ ਪ੍ਰਵਾਨਗੀ ਦਿੱਤੀ, ਇੱਕੋ ਹੀ ਬਸ ਇਹ ਜ਼ਿਕਰ ਮਿਲਦਾ, ਬਾਕੀ ਕਿਤੇ ਪੱਕੀ ਇੱਟ ਨਹੀਂ ਲੱਗਣ ਦਿੱਤੀ। ਹੁਣ ਜਦੋਂ ਗਏ ਮਹਾਂਪੁਰਖ ਅਰਦਾਸ ਕਰਕੇ, ਜਦੋਂ ਇੱਟ ਰੱਖੀ ਨਾ ਇੱਟ, ਅਤੇ ਮਿਸਤਰੀ ਸੀ ਥੋੜ੍ਹਾ ਅਣਜਾਣ, ਉਹਨੇ ਕੀਤਾ ਕਿ ਆਪਣੇ ਹਿਸਾਬ ਦੇ ਨਾਲ ਨਾ ਇੱਟ ਨੂੰ ਫਿਰ ਸਿੱਧਾ ਕੀਤਾ, ਆਪਣੇ ਹਿਸਾਬ ਦੇ ਨਾਲ ਇੱਟ ਦੀ ਸੈਟਿੰਗ ਕੀਤੀ। ਹੁਣ ਹੋਣਾ ਤਾਂ ਇਹ ਚਾਹੀਦਾ ਕਿ ਜਿੱਥੇ ਮਹਾਂਪੁਰਖ ਕੋਈ ਗੁਰਮੁਖ ਪਿਆਰੇ ਇੱਟ ਰੱਖ ਦੇਣ, ਨਹੀਂ ਰੱਖ ਦੇਣ, ਉਹਦੇ ਉੱਤੇ ਸੀਮਿੰਟ ਪਾ ਕੇ ਉੱਤੇ ਜਿਹੋ ਜਿਹੀ ਉਸਾਰੀ ਕਰਨੀ ਕਰ ਲਓ, ਪਰ ਉਹ ਚੀਜ਼ ਨੂੰ ਛੇੜਨਾ ਨਹੀਂ ਚਾਹੀਦਾ। ਅਸੂਲ ਇਹ ਹੈ ਕਿ ਜਿੱਦਾਂ ਅਰਦਾਸ ਕਰਕੇ ਰੱਖੀ ਗਈ ਬਸ ਰੱਖੀ ਗਈ। ਹੁਣ ਉਹ ਮਿਸਤਰੀ ਅਣਜਾਣ ਸੀ, ਉਹਨੇ ਇੱਟ ਨੂੰ ਹਿਲਾ ਦਿੱਤਾ ਆਪਣੇ ਹਿਸਾਬ ਦੇ ਨਾਲ, ਅਤੇ ਮਹਾਂਪੁਰਖ ਪਤਾ ਕੀ ਕਹਿੰਦੇ, ਕਹਿਣ ਲੱਗੇ ਉਹ ਮਿਸਤਰੀ ਇਹ ਕੀ ਕੀਤਾ ਜੀ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮਿਸਤਰੀ ਇਹ ਕੀ ਕੀਤਾ ਜੀ? ਰੱਖੀ ਹੋਈ ਇੱਟ ਹਿਲਾ ਦਿੱਤੀ, ਇੱਕ ਦੋ ਸਕਿੰਟਾਂ ਲਈ ਇੱਦਾਂ ਵੀਰ ਰਸ ਆਇਆ, ਪਰ ਆਪਣੇ ਆਪ ਨੂੰ ਕਿਵੇਂ ਸਮਝਾਉਂਦੇ, ਕਹਿੰਦੇ ਓਹੋ ਮਿਸਤਰੀ ਤੇਰਾ ਵੀ ਕਸੂਰ ਕੋਈ ਨਹੀਂ, ਜਿਹੜੀ ਤੂੰ ਇੱਟ ਹਿਲਾਈ ਹੈ ਨਾ, ਲੱਗਦਾ ਸਾਡੀ ਰੱਖੀ ਹੋਈ ਇੱਟ ਗੁਰੂ ਨਾਨਕ ਜੀ ਨੂੰ ਚੰਗੀ ਨਹੀਂ ਲੱਗੀ। ਸਾਡੀ ਰੱਖੀ ਹੋਈ ਇੱਟ ਗੁਰੂ ਨਾਨਕ ਜੀ ਨੂੰ ਚੰਗੀ ਨਹੀਂ ਲੱਗੀ, ਅੱਜ ਰੱਖੀ ਹੈ, ਅੱਜ ਤੋਂ ਬਾਅਦ ਰੱਖਣੀ ਕੋਈ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸੁਣਿਓ, ਅੱਜ ਰੱਖੀ ਹੈ, ਅੱਜ ਤੋਂ ਬਾਅਦ ਰੱਖਣੀ ਕੋਈ ਨਹੀਂ। ਪਹਿਲੇ ਆਈ ਉਹ ਗੱਲ ਕਿ ਕਿਉਂ ਹਿਲਾਈ, ਪਰ ਬਾਅਦ ਵਿੱਚ ਪਰਮੇਸ਼ਰ ਦੀ ਖੁਸ਼ੀ ਨਾਲ ਖੁਸ਼ੀ ਰਲਾਤੀ ਕਿ ਲੱਗਦਾ ਗੁਰੂ ਜੀ ਤੁਹਾਨੂੰ ਨਹੀਂ ਚੰਗੀ ਲੱਗੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਜੋ ਕੁਝ ਵੀ ਪਰਮੇਸ਼ਰ ਕਰ ਰਹੇ ਆ, ਮੇਰੇ ਚੰਗੇ ਲਈ ਕਰਦੇ ਆ, ਮੇਰੇ ਭਲੇ ਲਈ ਕਰਦੇ ਆ, ਭਲੇ ਲਈ। ਇਹ ਸੇਵਕ ਦਾ ਪਹਿਲਾ ਫਰਜ਼ ਹੈ, ਪਹਿਲਾ ਫਰਜ਼ ਉਹਦੀ ਖੁਸ਼ੀ ਵਿੱਚ ਖੁਸ਼ ਰਹਿਣਾ ਜੀ। ਅਗਲੀ ਗੱਲ ਸੁਣਿਆ, ਅੱਜ ਨਵੇਂ ਨਵੇਂ ਲੈਸਨ ਲੈ ਕੇ ਜਾਣੇ ਆਪਾਂ, ਉਹਦੀ ਖੁਸ਼ੀ 'ਚ ਖੁਸ਼ ਰਹਿਣਾ, ਅਤੇ ਹਰ ਹਾਲ ਦੇ ਵਿੱਚ ਸ਼ੁਕਰਾਨਾ ਕਰਨਾ, ਹਰ ਹਾਲ ਵਿੱਚ ਕਹਿਣਾ ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ, ਕਿਉਂਕਿ ਉਹੋ ਹੀ ਕਰਦਾ ਅਤੇ ਉਹੋ ਹੀ ਕਰਵਾਉਂਦਾ। ਕਿਉਂ ਬੰਦਿਆ ਤੂੰ ਘਬਰਾਉਂਦਾ, ਇੱਕ ਸਾਹ ਵੀ ਨਹੀਂ ਹੈ ਤੇਰੇ ਵਸ ਵਿੱਚ, ਉਹੋ ਹੀ ਸਵਾਉਂਦਾ ਅਤੇ ਉਹੋ ਹੀ ਤੈਨੂੰ ਜਗਾਉਂਦਾ ਹੈ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਫਿਰ ਮੈਂ ਦੁਹਰਾ ਰਿਹਾ, ਉਹੋ ਹੀ ਕਰਦਾ ਹੈ ਅਤੇ ਉਹੋ ਹੀ ਕਰਵਾਉਂਦਾ ਹੈ। ਕਿਉਂ ਬੰਦਿਆਂ ਤੂੰ ਘਬਰਾਉਂਦਾ, ਇੱਕ ਸਾਹ ਵੀ ਨਹੀਂ ਹੈ ਤੇਰੇ ਵਸ ਵਿੱਚ, ਉਹੀ ਤੈਨੂੰ ਸਵਾਉਂਦਾ ਅਤੇ ਉਹੋ ਹੀ ਤੈਨੂੰ ਜਗਾਉਂਦਾ ਹੈ। ਬਸ ਜੋ ਉਹ ਕਰ ਰਿਹਾ ਉਹਦੀ ਖੁਸ਼ੀ ਦੇ ਵਿੱਚ ਖੁਸ਼ ਰਹਿ, ਖੁਸ਼ੀ ਵਿੱਚ। ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਸ਼ਿਕਵਾ ਨਹੀਂ, ਸ਼ੁਕਰਾਨਾ ਕਰਨਾ ਸਿੱਖ ਗਏ, ਹੁਣ ਸ਼ਿਕਵੇ ਖਤਮ ਹੋ ਗਏ, ਕਰੀਏ ਕਿਹਦੇ ਨਾਲ, ਕਿਉਂਕਿ ਮੈਨੂੰ ਪਤਾ ਹੈ ਤੂੰ ਮੇਰਾ ਮਾੜਾ ਕੀਤਾ ਨਹੀਂ ਅਤੇ ਨਾ ਹੀ ਕਰ ਸਕਦਾ। ਸ਼ਿਕਵਾ ਨਹੀਂ, ਸ਼ੁਕਰਾਨਾ ਕਰਨਾ ਸਿੱਖ ਗਏ, ਤੇਰੀ ਸੰਗਤ ਵਿੱਚ ਆ ਕੇ ਖੁਦ ਨੂੰ ਝੁਕਾਉਣਾ ਸਿੱਖ ਗਏ। ਪਹਿਲੇ ਮਾਯੂਸ ਹੋ ਜਾਂਦੇ ਸੀ ਕੁਝ ਨਾ ਮਿਲਣ 'ਤੇ, ਹੁਣ ਤੇਰੀ ਰਜ਼ਾ ਵਿੱਚ ਖੁਸ਼ ਰਹਿਣਾ ਸਿੱਖ ਗਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਹਿਲੇ ਮਾਯੂਸ ਹੋ ਜਾਂਦੇ ਸੀ ਕੁਝ ਨਾ ਮਿਲਣ 'ਤੇ, ਹੁਣ ਤੇਰੀ ਰਜ਼ਾ ਦੇ ਵਿੱਚ ਰਾਜ਼ੀ ਹੋਣਾ ਸਿੱਖ ਗਏ।
ਹੁਣ ਤੇ ਆ ਸਿੱਖ ਲਿਆ, ਜੋ ਤੇਰੀ ਮਰਜ਼ੀ ਉਹ ਮੇਰੀ ਮਰਜ਼ੀ, ਜੋ ਤੇਰੀ ਖੁਸ਼ੀ ਉਹ ਮੇਰੀ ਖੁਸ਼ੀ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਓਰ ਨਲਖ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਦਾਂ ਕਰਕੇ ਵੇਖਿਓ, ਜ਼ਿੰਦਗੀ ਦੇ ਵਿੱਚੋਂ ਕਲਪਨਾ ਨਿਕਲ ਜਾਏਗੀ, ਟੈਨਸ਼ਨ ਨਿਕਲ ਜਾਏਗੀ, ਟੈਨਸ਼ਨ ਰਹੇਗੀ ਕੋਈ ਨਹੀਂ। ਕਿ ਦੱਤਿਆ, ਜੋ ਕੁਝ ਵੀ ਤੂੰ ਕਰ ਰਿਹਾ ਮੇਰੇ ਭਲੇ ਦੇ ਲਈ ਕਰ ਰਿਹਾ, ਭਲੇ ਲਈ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਓਰ ਨਲਖ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਹਰ ਪਲ ਸ਼ੁਕਰਾਨਾ, ਹਰ ਸਵਾਸ ਸ਼ੁਕਰਾਨਾ। ਪਿਤਾ ਜੀ, ਤੁਸੀਂ ਜਿਹੜਾ ਮੇਰਾ ਹੱਥ ਥਾਮ ਕੇ ਰੱਖਿਆ ਨਾ, ਹੱਥ ਫੜ ਕੇ ਰੱਖਿਆ, ਇਹ ਹੱਥ ਫੜਨ ਦਾ ਵੀ ਸ਼ੁਕਰਾਨਾ ਹੈ ਜੀ। ਨਹੀਂ ਤੇ ਮੈਨੂੰ ਕਿਸੇ ਨੇ ਪੁੱਛਣਾ ਥੋੜ੍ਹੀ ਸੀ ਮੇਰੀ ਕੀ ਔਕਾਤ ਹੈ। ਮੈਨੂੰ ਤੇ ਕੋਈ ਪਾਣੀ ਦਾ ਘੁੱਟ ਪੁੱਛ ਕੇ ਵੀ ਰਾਜੀ ਨਾ ਹੁੰਦਾ। ਇਹ ਜਿਹੜਾ ਤੁਸੀਂ ਮੇਰਾ ਹੱਥ ਥਾਮ ਕੇ ਰੱਖਿਆ ਨਾ, ਚਮਤਕਾਰ ਤੇ ਉਹਦਾ ਵਰਤ ਰਿਹਾ ਹੈ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹਰ ਪਲ ਸ਼ੁਕਰਾਨਾ, ਹਰ ਸਵਾਸ ਸ਼ੁਕਰਾਨਾ, ਹੱਥ ਥਾਮਣ ਦਾ ਸ਼ੁਕਰਾਨਾ ਤੇ ਆਪਣਾ ਬਣਾਉਣ ਦਾ ਸ਼ੁਕਰਾਨਾ। ਤੁਸੀਂ ਮੈਨੂੰ ਆਪਣਾ ਬਣਾਇਆ ਨਾ, ਇਹਦਾ ਵੀ ਸ਼ੁਕਰਾਨਾ ਹੈ, ਸ਼ੁਕਰਾਨਾ ਹੈ ਜੀ, ਸ਼ੁਕਰ ਹੈ। ਮੈਂ ਵੀ ਮਾਣ ਨਾਲ ਕਹਿ ਸਕਦਾ ਮੈਂ ਤੁਹਾਡਾ ਪੁੱਤ ਹਾਂ, ਸ਼ੁਕਰ ਹੈ। ਤੁਸੀਂ ਮੈਨੂੰ ਆਪਣਾ ਬਣਾਇਆ ਨਾ, ਇਹ ਤੁਹਾਡਾ ਆਪਣੇ ਬਣਾਉਣ ਲਈ ਵੀ ਸ਼ੁਕਰਾਨਾ ਹੈ। ਫਿਰ ਮੈਂ ਦੁਹਰਾ ਰਿਹਾ, ਹਰ ਪਲ ਸ਼ੁਕਰਾਨਾ, ਹਰ ਸਵਾਸ ਸ਼ੁਕਰਾਨਾ, ਹੱਥ ਥਾਮਣ ਲਈ ਸ਼ੁਕਰਾਨਾ, ਆਪਣਾ ਬਣਾਉਣ ਦਾ ਸ਼ੁਕਰਾਨਾ, ਅੰਗ ਸੰਗ ਰਹਿਣ ਦਾ ਸ਼ੁਕਰਾਨਾ। ਅੰਗ ਸੰਗ, ਤੁਸੀਂ ਮੇਰੇ ਅੰਗ ਸੰਗ ਰਹਿੰਦੇ ਹੋ, ਅੰਗ ਸੰਗ ਕਿਤੇ ਕਿਤੇ ਮਹਿਸੂਸ ਕਰਾਉਂਦੇ ਹੋ ਕਿ ਮੈਂ ਤੇਰੇ ਨਾਲ ਹਾਂ ਬੱਚਿਆ, ਘਬਰਾਈ ਨਾ, ਡੋਲੀ ਨਾ, ਟੈਨਸ਼ਨ ਨਾ ਰੱਖੀ ਦਿਮਾਗ ਦੇ ਉੱਤੇ, ਮੈਂ ਤੇਰੇ ਅੰਗ ਸੰਗ ਹਾਂ, ਅੰਗ ਸੰਗ। ਚੱਤਰ ਚੱਕਰ ਵਰਤੀ, ਚੱਤਰ ਚੱਕਰ ਭੁਗਤੇ, ਸੁਯਮ ਭਵ ਸੁਭੰ, ਸਰਬਦਾ ਸਰਬ ਜੁਗਤੇ, ਦੁਕਾਲੰ ਪਰਣਸੀ, ਦਇਆਲੰ ਸਰੂਪੇ, ਸਦਾ ਅੰਗ ਸੰਗੇ ਅਪੰਗੰ ਵਿਭੂਤੇ। ਅੰਗ ਸੰਗ ਰਹਿਣ ਦਾ ਸ਼ੁਕਰਾਨਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਹਰ ਦੁੱਖ ਦੀ ਘੜੀ ਦੇ ਵਿੱਚ ਆਪ ਹੱਥ ਫੜ ਕੇ ਬਚਾਉਣ ਦਾ ਸ਼ੁਕਰਾਨਾ ਜੀ। ਟੈਨਸ਼ਨ ਆਈ, ਟੈਨਸ਼ਨ ਕਹਿੰਦੀ ਮੈਨੂੰ ਤੇ ਡਬੋ ਕੇ ਰੱਖ ਦੇਣਾ, ਦੁੱਖ ਕਹਿੰਦਾ ਮੈਂ ਡਬੋ ਕੇ ਰੱਖ ਦੇਣਾ, ਲਹਿਰ ਇਹੋ ਜਿਹੀ ਜ਼ਿੰਦਗੀ ਦੇ ਵਿੱਚ ਆਈ, ਉਹ ਲਹਿਰ ਕਹਿੰਦੀ ਮੈਂ ਤੇ ਤੈਨੂੰ ਸਮੁੰਦਰ ਦੇ ਵਿੱਚ ਘਸੀਟ ਕੇ ਲੈ ਜਾਣਾ, ਡਬੋ ਦੇਣਾ, ਡਬੋ ਦੇਣਾ। ਪਰ ਉਸ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਮੇਰੀ ਲਾਈਫ ਦੇ ਵਿੱਚ ਕਿਸੇ ਗੁਰਸਿੱਖ ਦੇ ਰੂਪ 'ਚ ਆ ਗਏ, ਕਿਸੇ ਮਹਾਂਪੁਰਖ ਦੇ ਰੂਪ 'ਚ ਆ ਗਏ, ਕਿਸੇ ਪਿਆਰੀ ਰੂਹ ਦੇ ਰੂਪ 'ਚ ਆ ਗਏ, ਇਹੋ ਜਿਹੀ ਲਹਿਰ ਬਣ ਕੇ ਆਏ। ਦੁੱਖ ਦੀ ਲਹਿਰ ਕਹਿੰਦੀ ਡਬਾਉਣਾ, ਪਰ ਆ ਸੰਗਤ ਦੀ ਲਹਿਰ, ਗੁਰਸਿੱਖਾਂ ਦੀ ਲਹਿਰ, ਮਹਾਂਪੁਰਖਾਂ ਦੀ ਲਹਿਰ ਦੇ ਰੂਪ ਦੇ ਵਿੱਚ ਜਦੋਂ ਤੁਸੀਂ ਮੇਰੀ ਲਾਈਫ ਦੇ ਵਿੱਚ ਆਏ, ਤੇ ਉਸ ਵੇਲੇ ਤੁਸੀਂ ਮੈਨੂੰ ਮਹਿਸੂਸ ਕਰਵਾਤਾ ਉਹ ਡੋਬਣ ਵਾਲੀ ਲਹਿਰ ਵੱਡੀ ਨਹੀਂ, ਜਿਹੜੀ ਤੇਰੇ ਅੰਗ ਸੰਗ ਹੋ ਕੇ ਤੈਨੂੰ ਬਚਾਉਣ ਵਾਲੀ ਲਹਿਰ ਵਰਤ ਰਹੀ ਹੈ ਨਾ ਵੱਡੀ, ਓਏ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਓਰ ਨਾ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਹਰ ਦੁੱਖ ਦੇ ਵਿੱਚ ਬਚਾਉਣ ਦਾ ਸ਼ੁਕਰਾਨਾ, ਸਿਰ ਦੇ ਉੱਤੇ ਹੱਥ ਰੱਖਣ ਦਾ ਸ਼ੁਕਰਾਨਾ,
ਮੈਂ ਜਦੋਂ ਬੋਲਦਾ ਮੈਨੂੰ ਫੀਲ ਹੁੰਦਾ ਤੁਸੀਂ ਮੇਰੇ ਸਿਰ 'ਤੇ ਹੱਥ ਰੱਖਿਆ, ਤੁਸੀਂ ਸੁਣਦੇ, ਤੁਸੀਂ ਵੀ ਮਹਿਸੂਸ ਕਰੋ। ਮੈਂ ਇਕੱਲਾ ਨਹੀਂ ਬੈਠਾ, ਇਕੱਲਾ ਨਹੀਂ ਕਰ ਰਿਹਾ ਕੀਰਤਨ, ਇਕੱਲਾ ਨਹੀਂ ਸੁਣ ਰਿਹਾ, ਮੇਰੇ ਸਿਰ ਦੇ ਉੱਤੇ ਕਿਸੇ ਸਾਈਂ ਨੇ, ਪੂਰੇ ਨੇ ਹੱਥ ਰੱਖਿਆ। ਹੱਥ ਰੱਖਣ ਦਾ ਵੀ ਸ਼ੁਕਰਾਨਾ ਹੈ ਨਾ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੋਰ ਕੀ ਤੇਰਾ ਸ਼ੁਕਰਾਨਾ ਕਰਾਂ, ਤੇਰੇ ਹਰ ਰਹਿਮੋ ਕਰਮ ਦਾ ਸ਼ੁਕਰਾਨਾ, ਹਰ ਰਹਿਮੋ ਕਰਮ ਦਾ, ਜੋ ਜੋ ਤੂੰ ਬਖਸ਼ਿਸ਼ ਕਰਦੇ ਆ ਮੇਰੇ ਉੱਤੇ, ਹਰ ਪਲ ਹਰ ਘੜੀ ਤੇਰਾ ਸ਼ੁਕਰਾਨਾ। ਸ਼ੁਕਰ ਕਰਨਾ ਸਿੱਖ ਲਓ, ਸੱਚਾਈ ਏ, ਸ਼ੁਕਰ ਕਰਨਾ ਸਿੱਖ ਲਓ, ਇੰਨਾ ਮਿਲੇਗਾ ਕਿ ਸ਼ੁਕਰ ਕਰਦੇ ਕਰਦੇ ਥੱਕ ਜਾਓਗੇ। ਸ਼ੁਕਰਾਨਾ ਹੀ ਸ਼ੁਕਰਾਨਾ, ਔਰ ਸ਼ੁਕਰਾਨਾ ਜਿਹੜਾ ਬੰਦਾ ਕਰਦਾ ਨਾ, ਮੰਗਦਾ ਇੰਨੀ ਚੀਜ਼ ਹੁੰਦਾ, ਦਾਤਾ ਕਹਿੰਦਾ ਮੈਂ ਤੇ ਤੈਨੂੰ 4 ਗੁਣਾ ਵਧਾ ਕੇ ਦੇਣਾ, ਟੈਨਸ਼ਨ ਕਿਉਂ ਲੈ ਰਹੇ, ਸੋਚੀ ਕਿਉਂ ਜਾਂਦਾ, ਮੈਂ ਤੇ ਤੈਨੂੰ ਕਈ ਗੁਣਾ ਵਧਾਉਣ ਕਰਕੇ ਥੋੜੀ ਜਿਹੀ ਬ੍ਰੇਕ ਲਾਈ ਸੀ ਪੁੱਤਰਾ, ਘਬਰਾ ਨਾ ਘਬਰਾ ਨਾ, ਬਸ ਤੂੰ ਸ਼ੁਕਰਾਨਾ ਕਰ, ਹਰ ਪਲ ਹਰ ਘੜੀ ਸ਼ੁਕਰਾਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਦੀ ਅੰਦਾਜ਼ਾ ਲਾਓ ਆਪਣੇ ਸੁੱਖਾਂ ਦਾ, ਕਦੀ ਅੰਦਾਜ਼ਾ ਲਾਓ, ਅਸੀਂ ਤੇ ਇੱਕ ਦੋ ਚੀਜ਼ਾਂ ਉਹ ਵੇਖਦੇ ਜਿਹੜੀਆਂ ਨਹੀਂ ਮਿਲੀਆਂ, ਉਹ ਜਿਹੜੀਆਂ ਮਿਲੀਆਂ ਨੇ ਉਹ ਸੁੱਖਾਂ ਦਾ ਅੰਦਾਜ਼ਾ ਲਾਓ, ਤੇ ਮੂੰਹ ਦੇ ਵਿੱਚੋਂ ਹਰ ਪਲ ਹਰ ਘੜੀ ਇਹੋ ਹੀ ਨਿਕਲੇਗਾ, ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ, ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਇੱਕ ਵਾਰੀ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ, ਗੁਰੂ ਗ੍ਰੰਥ ਸਾਹਿਬ ਜੀ ਦੇ 823-824 ਨੰਬਰ ਅੰਗ ਦੇ ਉੱਤੇ ਦਰਜ, ਗੁਰਪੂਰੈ ਮੇਰੀ ਰਾਖ ਲਈ, ਅੰਮ੍ਰਿਤ ਨਾਮ ਰਿਦੇ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ। ਬੜੇ ਪਿਆਰ ਦੇ ਵਿੱਚ ਸ਼ੁਕਰਾਨਿਆਂ ਦਾ ਇਹ ਸ਼ਬਦ ਹੈ, ਸਾਰੀ ਸੰਗਤ ਪਿਆਰ 'ਚ ਹਾਜ਼ਰੀ ਲਾਇਓ, ਕੋਈ ਰਸਨਾ ਮੰਜੀ ਨਾ ਰਹੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੁਸੀਂ ਰੋਜ਼ ਸੰਗਤ ਵਿੱਚ ਆਉਣ ਵਾਲੇ ਹੋ, ਸੰਗਤ ਕਰਨ ਵਾਲੇ ਹੋ, ਅਤੇ ਬਚਨ ਮੰਨਦੇ ਹੀ ਹੋ, ਪਰ ਜੇ ਕੋਈ ਪ੍ਰੇਮੀ ਨਵੇਂ ਨੇ ਉਹਨਾਂ ਨੂੰ ਨਿਮਰਤਾ ਸਹਿਤ ਮੈਂ ਬੇਨਤੀ ਕਰਾਂਗਾ ਕਿ ਇੱਕ ਵੀ ਪ੍ਰੇਮੀ ਨੇ ਹੁਕਮਨਾਮਾ ਸਾਹਿਬ ਤੋਂ ਪਹਿਲੇ ਹਿਲਜੁਲ ਨਹੀਂ ਕਰਨੀ। ਅੱਜ ਚੌਥਾ ਦਿਨ ਹੈ ਅੰਮ੍ਰਿਤ ਵੇਲੇ ਦੇ ਸਮਾਗਮਾਂ ਦਾ, ਅਰਜ਼ੀਆਂ ਲਾ ਕੇ ਜਾਣੀਆਂ ਨੇ, ਔਰ ਜਿਹੜੇ ਜਿਹੜੇ 3 ਦਿਨਾਂ ਤੋਂ ਅਰਜ਼ੀਆਂ ਲਾਉਂਦੇ ਆ ਰਹੇ, ਮੈਂ ਹਿੱਕ 'ਤੇ ਹੱਥ ਮਾਰ ਕੇ ਕਹਿ ਰਿਹਾ, ਉਹਦੀ ਕਿਰਪਾ ਨਾਲ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਨੇ ਪ੍ਰਮਾਣ ਕਰਨੀਆਂ ਹੀ ਕਰਨੀਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿਹੜੇ ਅੱਜ ਵੀ ਆ ਗਏ ਤੁਹਾਨੂੰ ਵੀ ਖਾਲੀ ਨਹੀਂ ਮੋੜਨਾ, ਬਾਪੂ ਨੇ ਬਖਸ਼ਿਸ਼ਾਂ ਦੇ ਕੇ ਹੀ ਤੋਰਨਾ। ਆਓ ਬੜੇ ਪਿਆਰ ਦੇ ਵਿੱਚ ਸਾਰੀ ਸੰਗਤ ਹਾਜ਼ਰੀ ਲਾਇਓ, ਕੋਈ ਰਸਨਾ ਮੰਜੀ ਨਾ ਰਹੇ ਜੀ। ਗੁਰਪੂਰੇ ਮੇਰੀ ਰਾਖ ਲਈ, ਗੁਰਪੂਰੇ ਮੇਰੀ ਰਾਖ ਲਈ, ਗੁਰਪੂਰੇ ਪੂਰੇ ਮੇਰੀ ਰਾਖ ਲਈ।
ਰਾਮਦਾਸ ਜੀ ਪਿਆਰ ਨਾਲ ਲਖਮੇ ਜੀ ਧੰਨ ਬਾਬਾ ਦੀਪ ਸਿੰਘ ਜੀ ਸਿਮਰ ਸਿਮਰ ਸਿਮਰ
ਦਿੱਤੀ ਐਡਵਾਂਸ ਵਿੱਚ ਸ਼ੁਕਰਾਨਾ ਕਰਦੇ ਹੋ
ਦੇਖਿਓ ਨਾ ਝੋੜੀਆਂ ਭਰਨਗੀਆਂ ਤੇ ਜੋ ਮਰਜ਼ੀ ਕਹਿ ਦੇਣ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਅਡਵਾਂਸ ਵਿੱਚ ਹੀ ਸ਼ੁਕਰਾਨਾ ਕਰਦੇ ਹੋ ਦੱਸਿਆ ਗੁਰ ਪੂਰੇ ਮੇਰੀ ਰਾਖ ਲਈ, ਗੁਰ ਪੂਰੇ ਮੇਰੀ ਰਾਖ ਲਈ, ਗੁਰ ਪੂਰੇ ਮੇਰੀ ਰਾਖ ਲਈ, ਗੁਰ ਪੂਰੇ ਮੇਰੀ ਰਾਖ ਲਈ। ਇਦਾਂ ਵੀ ਸ਼ੁਕਰਾਨਾ ਕਰ ਲਓ ਜਿਹੜੀ ਦੌਤ ਅਜੇ ਤੱਕ ਮੈਨੂੰ ਨਹੀਂ ਦਿੱਤੀ, ਹੋ ਸਕਦਾ ਅਜੇ ਉਹ ਮੇਰੇ ਭਲੇ ਲਈ ਨਾ ਹੋਵੇ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੱਲ ਸੁਣਿਆ ਸੀ ਨਾ, 20 ਸਾਲ ਮਿਹਨਤ ਲਾ ਕੇ ਮਕਾਨ ਬਣਾਇਆ, ਭੁਚਾਲ ਆਇਆ, ਡਿੱਗ ਪਿਆ, ਸ਼ੁਕਰਾਨੇ ਕਰਦਾ, ਕਹਿੰਦਾ ਸ਼ੁਕਰ ਏ ਇਕੱਲਾ ਖਾਲੀ ਮਕਾਨ ਡਿੱਗਿਆ, ਜੇ ਪਰਿਵਾਰ ਵਿੱਚ ਬੈਠਾ ਬੰਦਾ, ਮੈਂ ਵਿੱਚ ਰਹਿੰਦਾ ਬੰਦਾ, ਸਭ ਨੇ ਮਰ ਜਾਣਾ ਸੀ, ਦਾਦੇ ਨੇ ਬਚਾ ਲਿਆ, ਮਕਾਨ ਡਿੱਗਿਆ ਨੀ, ਸਾਨੂੰ ਸਭ ਨੂੰ ਰੱਖ ਲਿਆ। ਜਿਹੜੀ ਨਹੀਂ ਮਿਲੀ ਨਾ, ਇੱਦਾਂ ਵੀ ਆਪਣੇ ਮਨ ਨੂੰ ਸਮਝਾ ਕੇ ਪਿਆਰ ਨਾਲ ਤੇ ਸ਼ੁਕਰਾਨੇ ਕਰੋ ਦਾਦੇ, ਜਿਹੜੀ ਅਜੇ ਨਹੀਂ ਦਿੱਤੀ, ਮੈਨੂੰ ਪਤਾ ਹੈ, ਮੈਨੂੰ ਪਤਾ ਹੈ ਇਹ ਵੀ ਚੀਜ਼ ਮੇਰੇ ਭਲੇ ਲਈ ਹੋ ਰਹੀ ਹੈ, ਕਰੋ ਕਿਰਪਾ। ਗੁਰ ਪੂਰੇ ਮੇਰੀ ਰਾਖ ਲਈ, ਗੁਰ ਪੂਰੇ ਮੇਰੀ ਰਾਖ ਲਈ, ਗੁਰ ਪੂਰੇ ਮੇਰੀ ਰਾਖ ਲਈ, ਗੁਰ ਪੂਰੇ ਮੇਰੀ ਰਾਖ ਲਈ। ਰਾਖ ਲਿਆ ਗੁਰ ਪੂਰੇ ਆਪ, ਮਨ ਮੁਖ ਕੋ ਲਾਗੋ ਸੰਤਾਪ, ਗੁਰੂ ਗੁਰੂ ਜਪ ਮੀਤ ਪਿਆਰੇ, ਮੁਖ ਉਜਲ ਹੋਵੇ ਦਰਬਾਰੇ, ਗੁਰ ਪੂਰੇ ਮੇਰੀ ਰਾਖ ਲਈ, ਗੁਰ ਪੂਰੇ ਮੇਰੀ ਰਾਖ ਲਈ, ਗੁਰ ਪੂਰੇ ਮੇਰੀ ਰਾਖ ਲਈ, ਗੁਰ ਪੂਰੇ ਮੇਰੀ ਰਾਖ ਲਈ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਜੀ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਦੀਪ ਸਿੰਘ ਜੀ। ਗੁਰ ਪੂਰੇ ਰੱਖਿਆ ਦੇ ਹੱਥ, ਪ੍ਰਗਟ ਪਿਆ ਜਨ ਕਾ ਪ੍ਰਤਾਪ, ਗੁਰ ਗੁਰ ਜਪੇ ਗੁਰੂ ਗੁਰ ਧਿਆਈ, ਜੀ ਕੀ ਅਰਦਾਸ ਗੁਰੂ ਪੈ ਪਾਈ, ਰਾਖ ਲਈ, ਗੁਰ ਪੂਰੇ ਮੇਰੀ ਰਾਖ ਲਈ। ਧੰਨ ਗੁਰੂ ਰਾਮਦਾਸ ਜੀ, 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 ਬਾਬਾ ਦੀਪ ਸਿੰਘ 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 ਜੀ,
ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ, ਵਾਹਿਗੁਰੂ 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 ਵਾਹਿ
ਵਾਹਿਗੁਰੂ ਵਾਹਿਗੁਰੂ ਹੀ ਤੇ ਸਭ ਕਿਛ ਹੁਆ ਵਰ ਕੇ ਜਾਣੇ ਗਿਆਨਾ ਭੂਲ ਚੁੱਕੇ ਆਪਣਾ ਪਾਰਕ ਬਖਸ਼ਿਆ ਪਾਰ ਪਰਮ ਭਗਵਾਨਾ ਸਤਿਗੁਰ ਮੇਰਾ ਸਦਾ ਦਇਆਲਾ ਮੋਹੇ ਦੀਨ ਕੋ ਰੱਖ ਲਿਆ ਮੋਹੇ ਦੀਨ ਕੋ ਰੱਖ ਲਿਆ ਬੋਲੋ ਮੋਹੇ ਦੀਨ ਕੋ ਰੱਖ ਲਿਆ ਮੋਹੇ ਦੀਨ ਕੋ ਕੱਟਿਆ ਰੋਗ ਮਖਾ ਸੁਖ ਪਾਇਆ ਬੋਲੋ ਕੱਟਿਆ ਰੋਗ ਮਖਾ ਸੁਖ ਪਾਇਆ ਹਰੀ ਅੰਮ੍ਰਿਤ ਮੁਖ ਨਾਮ ਦਿਆ ਹੋਰ ਪੂਰੇ ਮੇਰੀ ਰਾਖ ਲਈ ਹੋਰ ਪੂਰੇ ਮੇਰੀ ਰਾਖ ਲਈ ਪੂਰੇ ਮੇਰੀ ਰਾਖ ਲਈ ਪੂਰੇ ਮੇਰੀ ਰਾਖ ਲਈ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤਿਗੁਰ ਟਾਕ ਲਿਆ ਪਰਦਾ ਪੂਰੇ ਮੇਰੀ ਰਾਖ ਲਈ ਪੂਰੇ ਮੇਰੀ ਰਾਖ ਲਈ ਪੂਰੇ ਮੇਰੀ ਰਾਖ ਲਈ ਪੂਰੇ ਮੇਰੀ ਰਾਤ ਲਈ
ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ 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 ਜੀ, ਮੇਰੀ ਰਾਤ ਲਈ ਆਖਰੀ ਦੀਵਾਨ ਥੋੜਾ ਜਿਹਾ ਸਮਾਂ ਆਪਣੇ ਕੋਲ ਬਾਕੀ ਰਹਿ ਗਿਆ ਤੇ ਸਭ ਪਰਿਵਾਰਕ ਮੈਂਬਰਾਂ ਨੂੰ ਪਤਾ ਇੱਕ ਵੀ ਪ੍ਰੇਮੀ ਨੇ ਹੁਕਮਨਾਮੇ ਤੋਂ ਬਿਨਾਂ ਨਹੀਂ ਜਾਣਾ ਤੇ ਅੱਜ ਬੜੀ ਵੱਡੀ ਖੁਸ਼ੀ ਦੀ ਗੱਲ ਮੈਨੂੰ ਮਾਣ ਮਹਿਸੂਸ ਹੋ ਰਿਹਾ ਪਿਆਰ ਵਾਲਾ ਮਾਣ ਬਾਬਾ ਨੰਦ ਸਿੰਘ ਸਾਹਿਬ ਦਾ ਜਿਹੜਾ ਬਚਨ ਹੈ ਨਾ ਅੱਜ ਸੱਤ ਹੋ ਰਿਹਾ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਜਿਸ ਜਗ੍ਹਾ ਦੇ ਉੱਤੇ ਗੁਰੂ ਰਾਮਦਾਸ ਜੀ ਦੇ ਦਰ ਦੇ ਉੱਤੋਂ ਸਿੰਘ ਸਾਹਿਬ ਚਲੇ ਜਾਣ ਉੱਥੋਂ ਦੇ ਹਜ਼ੂਰੀ ਸੇਵਾਦਾਰ ਚਲੇ ਜਾਣ ਕਹਿੰਦੇ ਕਦੀ ਇਹ ਨਹੀਂ ਸਮਝਣਾ ਫਲਾਣਾ ਸਰੀਰ ਆਇਆ ਫਲਾਣੇ ਸਿੰਘ ਸਾਹਿਬ ਆਏ ਨੇ ਇਹ ਸਮਝਿਆ ਕਰੋ ਗੁਰੂ ਰਾਮਦਾਸ ਨੇ ਆਪਣੀਆਂ ਬਖਸ਼ਿਸ਼ਾਂ ਭੇਜ ਦਿੱਤੀਆਂ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ ਰਾਮਦਾਸ ਤਰੁੱਠੇ ਨੇ ਗੁਰੂ ਹਰਗੋਬਿੰਦ ਸਾਹਿਬ ਤਰੁੱਠੇ ਨੇ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਮੇਰੇ ਮਾਣਯੋਗ ਸਤਿਕਾਰਯੋਗ ਮੇਰੇ ਪਿਤਾ ਸਮਾਨ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਦੋ ਦੋ ਵੱਡੀਆਂ ਸੇਵਾਵਾਂ ਨਿਭਾ ਰਹੇ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਦੇ ਮੁੱਖ ਗ੍ਰੰਥੀ ਵੀ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਅਤੇ ਕਿੰਨੀਆਂ ਬਖਸ਼ਿਸ਼ਾਂ ਅੱਜ ਗੁਰੂ ਰਾਮਦਾਸ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਡੀ ਝੋਲੀ 'ਚ ਪਾਈਆਂ ਇਹਨਾਂ ਦੇ ਰੂਪ ਦੇ ਵਿੱਚ ਅਤੇ ਅੱਜ ਸਾਡੇ ਵੱਡੇ ਭਾਗ ਨੇ ਇਹ ਸਾਨੂੰ ਦਰਸ਼ਨ ਦੇਣ ਵਾਸਤੇ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਸੰਗਤ 'ਚ ਪਹੁੰਚੇ ਮੈਂ
ਸਾਰੀ ਸੰਗਤ ਨੂੰ ਬੇਨਤੀ ਕਰਦਾ ਇੱਕ ਜਕਾਰਾ ਲਾ ਕੇ ਮਹਾਂਪੁਰਖਾਂ ਨੂੰ ਸਿੰਘ ਸਾਹਿਬ ਜੀ ਨੂੰ ਸਾਰੇ ਜੀ ਆਇਆਂ ਕਵੋ ਸੋਨਿਹਾਲ ਸਤਿ ਸ੍ਰੀ ਅਕਾਲ। ਅੱਜ ਸਿੰਘ ਸਾਹਿਬ ਜੀ ਕਿਰਪਾ ਕੀਤੀ ਤਰੁੱਠੇ ਨੇ ਗੁਰੂ ਰਾਮਦਾਸ ਜੀ ਇਹਨਾਂ ਦੇ ਰੂਪ ਦੇ ਵਿੱਚ ਕਿਰਪਾ ਕੀਤੀ ਹੈ, ਜੋ ਬਖਸ਼ਿਸ਼ਾਂ ਇਹਨਾਂ ਦੇ ਰੂਪ ਦੇ ਵਿੱਚ ਭੇਜੀਆਂ ਨੇ ਸਾਨੂੰ, ਅਸੀਸਾਂ ਭੇਜੀਆਂ ਨੇ ਇਹਨਾਂ ਦੇ ਰੂਪ ਵਿੱਚ ਸਾਨੂੰ, ਅਤੇ ਮੈਂ ਸਿੰਘ ਸਾਹਿਬ ਜੀ ਨੂੰ ਨਿਮਰਤਾ ਸਹਿਤ ਦੋਵੇਂ ਹੱਥ ਜੋੜ ਕੇ ਬੇਨਤੀ ਕਰਾਂਗਾ, 2 ਮਿੰਟ 4 ਮਿੰਟ 5 ਮਿੰਟ ਜਿੰਨਾ ਸਮਾਂ ਯੋਗ ਸਮਝਣਗੇ, ਆਪ ਸੰਗਤ ਦੀਆਂ ਅਸੀਸਾਂ ਲੈਣਗੇ, ਸਾਨੂੰ ਅਸੀਸਾਂ ਦੇਣਗੇ, ਉਸ ਤੋਂ ਬਾਅਦ ਨਾਲ ਹੀ ਅਨੰਦ ਸਾਹਿਬ ਜੀ ਦਾ ਪਾਠ ਹੋ ਜਾਏਗਾ। ਜਿੰਨੀ ਇਹ ਤੁਸੀਂ ਸੇਵਾ ਦਿੰਦੇ, ਸਭ ਨੂੰ ਪਤਾ ਹੈ ਜੋ ਭਲੇ ਦੇ ਕਾਰਜ ਚੱਲ ਰਹੇ ਰਾਮ ਦੀ ਰਚੋੜ ਉਹਨਾਂ ਕਾਰਜਾਂ ਲਈ ਵਰਤੀ ਜਾਂਦੀ ਹੈ। ਆਓ ਬੜੇ ਪਿਆਰ ਦੇ ਨਾਲ ਸਿੰਘ ਸਾਹਿਬ ਜੀ ਦਰਸ਼ਨਾਂ ਤੋਂ ਜੋ ਅਸੀਸਾਂ ਲਈਏ ਸਾਰੇ, ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, 5 ਪਿਆਲੇ 5 ਪੀਰ ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਗੁਰਿਆਈ ਗੁਰਪੁਰਬ 31 ਮਈ ਨੂੰ ਆ ਰਿਹਾ ਹੈ, ਔਰ ਇਸੇ ਸੰਬੰਧ ਦੇ ਵਿੱਚ 31 ਮਈ ਨੂੰ ਬੀਬੀ ਕੌਲਾਂ ਜੀ ਦੇ ਗੁਰਦੁਆਰੇ ਕੌਲਸਰ ਸਾਹਿਬ, ਜੋ ਬਾਬਾ ਟਲ ਰਾਏ ਸਾਹਿਬ ਦੇ ਬਿਲਕੁਲ ਨਾਲ ਹੈ, ਉੱਥੇ ਵਿਸ਼ੇਸ਼ ਕੀਰਤਨ ਸਮਾਗਮ ਰੱਖੇ ਗਏ ਨੇ, ਜਿਨ੍ਹਾਂ ਵਿੱਚ ਰਾਤ ਨੂੰ 8 ਤੋਂ 9 ਦਾਸ ਨੇ ਕੀਰਤਨ ਦੁਆਰਾ ਆਪ ਜੀਆਂ ਦੇ ਦਰਸ਼ਨ ਕਰਨੇ ਨੇ, ਅਸੀਸਾਂ ਲੈਣੀਆਂ ਨੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ, ਜੋ ਤੁਸੀਂ ਰੋਜ਼ ਜੁੜਦੇ ਹੋ, ਆਪ ਜੀਆਂ ਨੇ ਵੱਡੀ ਗਿਣਤੀ ਦੇ ਵਿੱਚ ਇਸ ਅਸਥਾਨ ਦੇ ਉੱਤੇ ਆ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਣੀਆਂ, ਔਰ ਇਹ ਉਹ ਅਸਥਾਨ ਸਭ ਨੂੰ ਪਤਾ ਹੈ ਜਿੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਸਾਈਂ ਨੇ ਚਰਨ ਪਾਏ, ਬੀਬੀ ਕੌਲਾਂ ਜੀ ਨੇ ਚਰਨ ਪਾਏ, ਬਾਬਾ ਅਟਲ ਰਾਏ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਜੀ, ਭਾਈ ਬਿਧੀ ਚੰਦ ਜੀ, ਹੋਰ ਵੀ ਰੰਗੇ ਗੁਰਸਿੱਖਾਂ ਨੇ ਇੱਥੇ ਚਰਨ ਪਾਏ ਨੇ, ਔਰ ਇਹ ਉਹ ਪਾਵਨ ਪਵਿੱਤਰ ਅਸਥਾਨ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਹਿ ਕੇ ਪ੍ਰਤੱਖ ਰੂਪ ਦੇ ਵਿੱਚ ਦਾਤਾਂ ਵੰਡਦੇ ਰਹੇ ਨੇ। ਆਓ, ਦਾਤਾਂ ਲੈਣ ਦਾ ਸਮਾਂ, ਝੋਲੀਆਂ ਭਰਵਾਉਣ ਦਾ ਸਮਾਂ, ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਸਾਰੀਆਂ ਸੰਗਤਾਂ ਨੇ ਗੁਰੂ ਪਿਤਾ ਦੇ ਚਰਨਾਂ ਦੇ ਵਿੱਚ ਖੁਸ਼ੀਆਂ ਲੈਣ ਵਾਸਤੇ 31 ਮਈ ਨੂੰ ਪਹੁੰਚਣ ਦੀ ਕਿਰਪਾਲਤਾ ਕਰਨੀ। ਇਹ ਸਾਰਾ ਪ੍ਰੋਗਰਾਮ ਸਾਡੇ ਜਿਹੜੇ ਯੂਟਿਊਬ ਚੈਨਲ ਨੇ, ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ, ਇਹਨਾਂ ਚੈਨਲਾਂ ਦੇ ਉੱਤੇ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਿਸੰਗ ਜੀ। ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦਾਤਾਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ, ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ, ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸਰੇ, ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ
ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰੇ ਉਹ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ, ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ ਦੋ ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰੇ ਉਹ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ ਜਿੱਥੇ ਜੀ ਦੇ ਆ ਪਰਵਾਨ ਪਾਰਕ ਦੀ ਉਸਾਰੀ ਚੱਲ ਰਹੀ, ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦੇ ਆ ਪਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਇਹ ਕੰਮ ਹੋਇਆ ਕਰੇਗਾ, ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ, ਸਟੇਸ਼ਨ ਤੋਂ ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ, ਇਹ ਸਰਾਮ ਹੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ ਇਹ ਹੋਰ ਤੁਹਾਡੇ ਕਿਣਕੇ ਨਾਲ ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰੇ ਹੋ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, ਦੋ ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਅਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹੇ, ਅਤੇ ਇਸ ਤੋਂ ਇਲਾਵਾ ਪਿਆਰਿਓ ਜੇ ਤੁਹਾਡੇ ਮਨ ਦੇ ਵਿੱਚ ਆਵੇ, ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਅਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ, ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300,
ਭਾਵੇਂ 10 ਤੇਰੀਆਂ 100 ਤੇਰੀਆਂ ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਅਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ। ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ। ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਅਤੇ ਇਹ ਸਾਰੀਆਂ ਸੇਵਾਵਾਂ, ਤੁਸੀਂ TV ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰੱਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ TV ਸਕਰੀਨ 'ਤੇ ਚੱਲ ਰਿਹਾ ਹੈ, 98150 99513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੁੱਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਸੰਗ ਜੀ, ਆਪ ਜੀ ਦੇ ਚਰਨਾਂ ਵਿੱਚ ਸੁਨੇਮਰ ਬੇਨਤੀ। ਹਰ ਐਤਵਾਰ ਅਤੇ ਐਤਵਾਰ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਜਾਂਦਾ। ਔਰ ਸਾਰੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ ਹੈ, ਜਦੋਂ ਸੰਗਤਾਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਬਹਿ ਕੇ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਕਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ, ਗੁਰੂ ਪਿਤਾ ਜੀ ਦੀ ਗੋਦ ਵਿੱਚ ਬਹਿ ਕੇ ਸੰਗਤਾਂ ਪੰਜ ਪੜ ਜਪਜੀ ਸਾਹਿਬ, 2 ਪੜ ਚੁਪਈ ਸਾਹਿਬ, 1 ਪੜ ਸੁਖਮਨੀ ਸਾਹਿਬ, ਜਦੋਂ ਸੰਗਤਾਂ ਮਿਲ ਕੇ ਪਿਆਰ ਨਾਲ ਕਰਦੀਆਂ, ਚੁਪਹਿਰਾ ਕੱਟਦੀਆਂ ਨੇ, ਜਪ ਤਪ ਸਮਾਗਮ ਵਿੱਚ ਹਾਜ਼ਰੀਆਂ ਭਰਦੀਆਂ ਨੇ, ਔਰ ਬਾਬਾ ਦੀਪ ਸਿੰਘ ਜੀ ਫਿਰ ਸਾਰਿਆਂ ਦੇ ਬੰਧਨਾਂ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਤੁਹਾਡੀਆਂ ਬਿਮਾਰੀਆਂ ਨੂੰ ਕੱਟਦੇ ਨੇ। ਮੈਂ ਹਜ਼ਾਰਾਂ ਤੁਹਾਨੂੰ ਪ੍ਰੇਮੀ ਇਹੋ ਜਿਹੇ ਮਿਲਾ ਸਕਦਾ ਜਿਹੜੇ ਹਰ ਐਤਵਾਰ ਅਤੇ ਐਤਵਾਰ ਜਦੋਂ ਦੇ ਰਾਮ ਤੀਰਥ ਰੋਡ ਆਉਣੇ ਸ਼ੁਰੂ ਹੋਏ ਨੇ, ਕਿਵੇਂ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਹੋ ਕੇ ਉਹਨਾਂ ਦੇ ਬੰਧਨ ਕੱਟੇ ਨੇ। ਅੱਗੇ ਅਸੀਂ ਚੁਪਹਿਰਾ ਕਰਦੇ ਸਾਂ ਮਹੀਨੇ ਵਿੱਚ 1 ਵਾਰੀ, ਹਰ ਮਹੀਨੇ ਦੀ 27 ਤਰੀਕ ਨੂੰ। ਹੁਣ ਉਹ ਵੀ ਚੁਪਹਿਰਾ ਹੁੰਦਾ, 27 ਨੂੰ ਵੱਡਾ ਚੁਪਹਿਰਾ ਹੁੰਦਾ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ 'ਚ। ਪਰ 4 ਚੁਪਹਿਰੇ ਹੋਰ ਬਾਪੂ ਦੀਪ ਸਿੰਘ ਨੇ ਝੋਲੀ 'ਚ ਪਾ ਦਿੱਤੇ, ਜਿਹੜੀ ਅਰਦਾਸ
ਅੱਗੇ 5 ਮਹੀਨੇ ਲੱਗ ਜਾਂਦੇ ਸੀ। ਮੰਨ ਲਓ ਕੋਈ ਪ੍ਰੇਮੀ ਕਹਿੰਦਾ ਸੀ ਮੈਂ 5 ਚੁਪਹਿਰੇ ਕੱਟਣੇ ਨੇ, 5 ਮਹੀਨਿਆਂ 'ਚ ਕੱਟੇ ਜਾਂਦੇ ਸੀ, ਹੁਣ ਮਹੀਨੇ ਦੇ ਵਿੱਚ ਹੀ 5 ਚੁਪਹਿਰੇ ਕੱਟੇ ਜਾਂਦੇ ਨੇ, ਉਹ ਹੀ ਅਰਦਾਸ ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਗੁਰੂ ਜੀ ਦੀ ਕਿਰਪਾ ਨਾਲ। ਇਹ ਮੇਰੀ ਬੇਨਤੀ ਹੈ ਪਿਆਰਿਓ, ਹਰ ਐਤਵਾਰ ਨੂੰ ਸਵੇਰੇ 11 ਤੋਂ 3:30 ਵਜੇ ਤੱਕ, 11:15 ਤੋਂ 11 ਵਜੇ ਤੱਕ ਕਥਾ ਹੋ ਜਾਇਆ ਕਰੇਗੀ। ਸਾਰੇ ਪਰਿਵਾਰਕ ਮੈਂਬਰ 10:30 ਲਾਸਟ ਪਹੁੰਚ ਜਾਇਆ ਕਰੋ, ਪੂਰੇ ਚੁਪਹਿਰਾ ਜਪ ਤਪ ਸਮਾਗਮ 'ਚ ਹਾਜ਼ਰੀ ਭਰਨੀ। 11 ਤੋਂ ਲੈ ਕੇ 2 ਵਜੇ ਤੱਕ 5 ਪਾਠ ਜਪਜੀ ਸਾਹਿਬ ਜੀ ਦੇ, 2 ਚੁਪਈ ਸਾਹਿਬ ਜੀ ਦੇ ਨਾਲ ਇੱਕ ਪਾਠ ਸੁਖਮਨੀ ਸਾਹਿਬ ਜੀ ਦਾ। ਉਸ ਤੋਂ ਬਾਅਦ ਤਕਰੀਬਨ 2 ਲੈ ਕੇ 3:15 ਤੱਕ ਦਾਸ ਕੀਰਤਨ ਦੀ ਹਾਜ਼ਰੀ, 3:30 ਵਜੇ ਤੱਕ ਪੂਰੀ ਸਮਾਪਤੀ ਹੋ ਜਾਇਆ ਕਰੇਗੀ। ਆਓ ਭਾਗਾਂ ਵਾਲਿਓ, ਬੰਧਨ ਕਟਵਾਉਣ ਦਾ ਸਮਾਂ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਸਮਾਂ। ਕੋਈ ਵੀ ਰਹਿ ਨਾ ਜਾਇਓ, ਜਿਹਦੀਆਂ ਜਿਹਦੀਆਂ ਫਾਈਲਾਂ ਅਜੇ ਨਹੀਂ ਨਾ ਲੱਗੀਆਂ, ਚੁਪਹਿਰਿਆਂ ਵਿੱਚ ਆ ਕੇ ਆਪਣੀਆਂ ਫਾਈਲਾਂ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ, ਅਰਜ਼ੀਆਂ ਆਪਣੇ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਲਵਾਓ। ਬਾਪੂ ਨੇ ਤੁਹਾਡੀ 1-1 ਦੀ ਅਰਜ਼ੀ ਕਬੂਲ ਕਰ ਲੈਣੀ ਹੈ, ਇਹ ਮੇਰੀ ਪੱਕੀ ਗਰੰਟੀ ਹੈ। ਮੈਨੂੰ ਪੱਕਾ ਵਿਸ਼ਵਾਸ ਹੈ ਆਪਣੇ ਬਾਬਾ ਦੀਪ ਸਿੰਘ ਜੀ ਦੇ ਉੱਤੇ। ਇਹ ਜਿਹੜੇ ਵੀ ਚੁਪਹਿਰਾ ਜਪ ਤਪ ਸਮਾਗਮ ਨੇ, ਇਹ ਸਾਡੇ ਯੂਟਿਊਬ ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ, ਔਰ ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਬੀਬੀ ਕੋਲਾਂ ਵਾਲੇ, ਇਹ ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇਹ ਲਾਈਵ ਦਿਖਾਏ ਜਾਂਦੇ ਨੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਔਰ ਹਰ ਐਤਵਾਰ ਆ ਕੇ ਰਾਮ ਤੀਰਥ ਰੋਡ ਹਾਜ਼ਰੀਆਂ ਭਰਿਆ ਕਰੋ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਤੇ ਇਹ ਨਵੀਂ ਚਿੱਪ ਆ ਗਈ, ਜਿਹੜੇ ਲਾਈਵ ਤੁਸੀਂ ਵੇਖ ਰਹੇ ਹੋ, ਜਪਜੀ ਸਾਹਿਬ ਤੇ ਚੁਪਈ ਸਾਹਿਬ ਜੀ ਦਾ ਇਹਦੇ ਵਿੱਚ ਪਾਠ ਹੈ। ਨੰਬਰ 9879509004, 9875909004। ਇਹ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਆਪੋ ਆਪਣੇ ਘਰਾਂ 'ਚ ਕੋਰੀਅਰ ਦੇ ਰਾਹੀਂ ਇਹ ਚਿੱਪ ਮੰਗਵਾ ਸਕਦੇ ਹੋ। ਪਹਿਲੀਆਂ ਵੀ ਚਿੱਪਾਂ ਨੇ ਸੁਖਮਨੀ ਸਾਹਿਬ ਜੀ ਦਾ ਪਾਠ, ਹੋਰ ਅੰਮ੍ਰਿਤ ਵੇਲੇ ਦੀਆਂ, ਨਾਲ ਧੰਨ ਗੁਰੂ ਰਾਮਦਾਸ ਮੈਂ ਤੇਰਾ, ਬਾਬਾ ਦੀਪ ਸਿੰਘ ਮੈਂ ਤੇਰਾ। ਸੰਗਤਾਂ ਆਪ ਜੀ ਆਪੋ ਆਪਣੇ ਘਰਾਂ ਵਿੱਚ ਲਾਓ, ਅਤੇ ਹਰ ਵੇਲੇ ਇਹ ਵਾਈਬ੍ਰੇਸ਼ਨ ਬਣੀ ਰਹਿੰਦੀ ਸਿਮਰਨ ਦੀ, ਬੰਦਗੀ ਦੀ। ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਇਹ ਪੈਨ ਡਰਾਈਵ ਨਵੀਂ ਆਈ ਹੈ, ਜਿਹਦੇ ਵਿੱਚ ਅੰਮ੍ਰਿਤ ਵੇਲੇ ਦੇ ਕੀਰਤਨ ਨੇ, ਹੋਰ ਵੀ 4-5 ਪਹਿਲੀਆਂ ਪੈਨ ਡਰਾਈਵਾਂ ਨੇ। ਜਿਹੜਾ ਵੀ ਕੋਈ ਪ੍ਰੇਮੀ ਮੰਗਵਾਉਣਾ ਚਾਹੁੰਦਾ ਹੋਵੇ, ਨੰਬਰ ਉਹੀ ਹੈ ਜੋ ਟੀਵੀ ਸਕਰੀਨ 'ਤੇ ਵੀ ਚੱਲਦਾ, ਭਾਵੇਂ ਉਹਨਾਂ ਨੰਬਰਾਂ 'ਤੇ ਸੰਪਰਕ ਕਰ ਲਿਓ, ਅਤੇ ਜਿਹੜਾ ਮੈਂ ਬੋਲਿਆ 9875509004, ਭਾਵੇਂ ਉਹਦੇ 'ਤੇ ਸੰਪਰਕ ਕਰ ਲਿਓ। ਇਹ ਕਿਤਾਬ ਕੁਦਰਤ ਕੇ ਸਭ ਬੰਦੇ, ਚੌਥੀ ਕਿਤਾਬ ਹੈ ਦਾਸ ਵੱਲੋਂ ਲਿਖੀ ਹੋਈ, ਇਹ ਵੀ ਆਪ ਜੀ ਕੋਰੀਅਰ ਦੇ ਰਾਹੀਂ ਆਪੋ ਆਪਣੇ ਘਰਾਂ 'ਚ ਮੰਗਵਾ ਸਕਦੇ ਹੋ।